ਰੇਡੀਓ ਆਕਾਸ਼ਵਾਣੀ ਜੰਮੂ ਹੈ ਅਬਦੁਲ ਮਜੀਦ ਤੇ ਖਬਰ ਸੁਣੋ ਪਹਿਲਾ ਪੇਸ਼ ਹੈ ਬੁਲੇਟਨ ਦੀ ਖਾਸ ਖਾਸ ਖਬਰ ਮਰਕਜ਼ੀ ਸਰਕਾਰ ਨੇ ਐਲਪੀਜੀ ਕਰੇਲੂ ਗੈਸ ਸਿਲੰਡਰ ਦੀ ਕੀਮਤ ਮਾ 200 ਰੁਪਏ ਫੀ ਸਿਲੰਡਰ ਕਮੀ ਕੀਤੀ ਹੈ ਤੇ ਉਜਵਲਾ ਯੋਜਨਾ ਦਾ ਫਾਇਦਾ ਚਾਣਾਲਾ ਨਾ ਮਜਬੂਈ ਤੌਰ ਪਰ 400 ਰੁਪਏ ਫੀ ਸਿਲੰਡਰ ਰਿਆਇਤ ਦਿੱਤੀ ਜੇਗੀ ਮੁਲਕ ਪਰ ਮਾ ਬਖ ਬਖ ਜਗ੍ਹਾ ਪਰ ਰਕਸ਼ਾ ਬੰਧਨ ਕੋ ਤਿਹਵਾਰ ਮਨਾਇਆ ਜਾ ਰਿਹਾ ਹੈ ਜ਼ਿਲ੍ਹਾ ਡੋਡਾ ਦਾ ਪਦਰਵਾ ਤੇ ਰਾਜਮਾ ਤੇ ਜ਼ਿਲ੍ਹਾ ਰਾਮਬਨ ਤੇ ਸੁਲਾਈ ਮਖੀਰਨਾ ਜੀਆਈ ਜਾਨੀ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗਿੰਗ ਮਿਲੇ ਹੋਏ ਤੇ ਭਾਰਤੀ ਖਲਾਈ ਤਨਜ਼ੀਮ ISRO ਆਪਣਾ ਸ਼ਮਸੀ ਮਿਸ਼ਨ ਅਦਿੱਤਿਆ L1 ਕੋ 2 ਸਤੰਬਰ ਨਾ ਆਗਾਜ਼ ਕਰੇਗੀ ਖਬਰਾਂ ਦੀ ਤਫਸੀਲ ਨਾਲ ਪਹਿਲਾਂ ਉਜ਼ਮਾ ਤਈਬ ਮਰਕਜ਼ੀ ਸਰਕਾਰ ਨੇ तमाम ਸਾਰਫੀਨ ਵਾਸਤੇ ਕਰੇਲੂ LPG ਸਿਲੰਡਰਾਂ ਦੀ ਕੀਮਤਾਂ ਮਾਂ 200 ਰੁਪਇਆ ਫੀ ਸਿਲੰਡਰ ਕਮੀ ਕੀ ਹੈ ਇਸ ਬਾਰੇ ਫੈਸਲਾ 29 ਅਗਸਤ 2023 ਨਾ ਨਵੀਂ ਦਿੱਲੀ ਮਾਂ ਮਰਕਜ਼ੀ ਕਾਬੀਨਾ ਮੀਟਿੰਗ ਮਾਂ ਲਿਓ ਗਿਓ ਜ਼ਰਾਇ ਅਬਲਾਗ ਨਾਲ ਤਫਸੀਲ ਸਾਂਝੀ ਕਰਤਾ ਵਾ ਇਤਲਾਤ ਵ ਨਸ਼ਰਾਤ ਵ ਵਜ਼ੀਰ ਅਨੁਰਾਗ ਸਿੰਘ ਠਾਕੁਰ ਨੇ ਦੱਸਿਓ ਜੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਪਹਿਲਾਂ ਤੇ ਦਿੱਤੀ ਜਾ ਰਹੀ 200 ਰੁਪਏ ਦੀ ਰਾਇਤ ਜਾਰੀ ਰਹਿ ਗਈ ਤੇ ਹੁਣ ਉਜਵਲਾ ਯੋਜਨਾ ਕੋ ਫਾਇਦਾ ਚਾਣ ਆਣਾ ਨਾ ਮਜਮੂਈ ਰਾਇਤ 400 ਰੁਪਏ ਫੀਸ ਲੈਂਡਰ ਦਿੱਤੀ ਜਾਏਗੀ ਵਜ਼ੀਰ ਨੇ ਮਜ਼ੀਦ ਜਾਣਕਾਰੀ ਦਿੱਤਾ ਕਿ ਉਹ ਜੇ ਜਿਨ ਗਰੀਬ ਕੁਮਾ ਕੋਲ ਐਲਪੀਜੀ ਕਨੈਕਸ਼ਨ ਨਹੀਂ ਹੈ ਉਹਨ ਕਾਲਸੀਰੀਆਂ ਨਾਲ ਉਜਵਲਾ ਸਕੀਮ ਦੇ ਤਹਿਤ ਮੁਫਤ 75 ਲੱਖ ਐਲਪੀਜੀ ਕਨੈਕਸ਼ਨ ਮਹਈਆ ਕੀਤੇ ਜਾਏਗਾ रक्षाबंधन को त्यौहार मुल्क वर्मा आज त पलक मनाया जायगो इस त्यौहार का मौका वर बहन अपना पैयां गी कलाईयां वर रंग-बिरंगी रखड़ी बन्ने ते उन गी सेहत ते खुशहाली वास्ते दुआ करें उंगा पाई पहणां गी हिफाज़त करण को अहद करें ते अपनी पहणाना तोहफा भी दें सदर जमूरिया द्रौपदी मुर्मू ने रक्षाबंधन की लोकां ना मुबारकबाद देती है उन्होंने अपना एक पैगाम मकीयो है जे यो त्यौहार पाई ते पहणां गी की है। वजीर आजम मोदी ने भी लोग है अपना एक पेगा ने त्योहार पाई तहना टुटा तेहतरा इसका हिंदुस्तानी सकाफत की अकाशी करे दुनिया भर की तरह यो रक्षा बंदन वो त्योहार जिला साबावासोश नो है अज रक्षा बंधन का त्योहार का मौका पर जिला सा रामगढ़ ग्रांच छन्नी की काल ने यो त्योहार बी एस एफ का जवाना की कलाइया पर रखड़ी बनकर बनायो हमारा नामा निगार संघ गल करता हुआ एक कालसीरी ने इस तरह के हो मेरा नाम रूही वर्मा है मैं गाँव दक्षी ऐसी आई हूँ जैसे की आज रक्षा बंधन है और मैं सभी भाइयों को रक्षाबंधन की बधाई देती हूँ जो हमारे भाई दिन रात हमारी सुरक्षा के लिए यहाँ तैनात रहते हैं हम घर पे सोए रहते हैं आराम से ये हमारी सुरक्षा के लिए यहाँ पे पहरेदारी करते हैं हमारी अपना घर छोड़ के बहने छोड़ के यहाँ पे आए हैं आज हम इनकी कलाई पे राखी बांधने आए हैं इनको अपनी बहनों की कमी महसूस ना हो और इनकी कलाई खाली ना

इन चीजा की जियई टागिलो जरा किसान की मेहमा जमु ने ना तीन वाराणसी की तरफ कानूनी सलाह शुरू की मजिदा फ्री की तरफो इन अंदराजुदा जियोग्राफिकल इंडिकेशन चीजा को इस्तेमाल बिला जल्द करने पर रोक लगा ताजा की बरामद ता कारोबारी शिनात माधो मेंामा निगारता वे दसौ भद्रवा का राजमाश रेड बीन्स और सुलाई हानि रामबन का इनको जीआई टैग मिला है जी टैग जो है ये एक इंटेलेक्चुअल प्रॉपर्टी राइट्स में आता है जो किसान ये जो चीज पैदा करते हैं उनको एक राइट मिल जाता है उसका जीआई टैग करके वो आगे मार्केटिंग कर सकते है आज बहुत बड़ा दिन है जीआई एक सोशियो इकोनॉमिक चेंज का रूल है इससे किसानों को फायदा होगा उनकी इनकम में बढ़ोतरी होगी ये हमारी पहचान भी बनते हैं नौजवान अमूर तक खेडा का मरकजी वजी अनुराग सिंह ठाकुर ने ऐलान किया है जो आइंदा एक साल के अंदर

ਕੀਮਿਆਈ ਤੇ ਖਾਦ ਦਾ ਕੇਂਦਰੀ وزیر ਡਾਕਟਰ ਮਾਨਸੂਖ ਮੰਡਵਿਆ ਨੇ ਕਿਹਾ ਹੈ ਜੇ ਫਾਰਮਾ ਤੇ ਟੀਬੀ ਸ਼ਬਾ ਵਿੱਚ ਦਿੱਤ ਤਹਿਕੀਕ ਨ ਫਰੋਗ ਦੇਣ ਵਾਸਤੇ ਸਰਕਾਰ ਜਲਦੀ ਇੱਕ ਨਵੀਂ ਸਕੀਮ ਪੀ ਆਰ ਆਈ ਪੀ ਸ਼ੁਰੂ ਕਰੇਗੀ ਇਸ ਸਕੀਮ ਪਰ ਕੁੱਲ 5000 ਕਰੋੜ ਦੀ ਰਕਮ ਖਰਚ ਕੀ ਜਾਏਗੀ ਪਿਛਲੇ ਮਹੀਨੇ ਕੇਂਦਰੀ ਕਬੀਨਾ ਨੇ ਇਸ ਸਕੀਮ ਨਾ 5 ਸਾਲ ਵਾਸਤੇ 2023 ਤੋਂ ਲੈ ਕੇ 2028 ਤੱਕ ਮਨਜ਼ੂਰੀ ਦੇ ਦਿੱਤੀ ਥੀ ਡਾਕਟਰ ਮੰਡਵਿਆ ਨੇ ਯੋਗ ਵੀ ਕਿਹਾ ਜੇ ਪੀ ਆਰ ਆਈ ਪੀ ਸਕੀਮ ਮਕਸਦ ਹਿੰਦਸਤਾਨੀ ਫਾਰਮਾ ਤੇ ਟੀਬੀ ਸ਼ਬਾਵਾ ਬਾਦੋ ਲਿਆਣੂ ਤੇ ਨਵਾਂ تحقیਕੀ ਮਰਕਜ਼ ਬਣਾਗਾ ਇਸ ਛੋਬਾ ਨਾਲ ਜਿਹਦੇ ਤਾਲੇ ਪਾਸੇ ਮਜ਼ਬੂਤ ਬਣਾਉਣਾ ਹੈ ਡਾਕਟਰ ਮਾਂਡਵਿਆ ਨੇ ਕਿਹਾ ਜੇ ਸਰਕਾਰ ਦੀ ਤਵੱਜਾ ਮੁਲਕ ਬਰਮਾ ਫਾਰਮਾ ਸੰਨਤ ਦੀ ਤਰੱਕੀ ਵਰ ਹੈ ਤੇ ਨਵੀਆਂ ਦਵਾਈਆਂ ਨਾਲ ਬਣਾਣ ਖਾਤੀ ਤੇ ਜਿਹਦੇ ਤਾ ਤਹਿਕੀਕ ਦਾ ਇਸ ਛੋਬਾ ਮ ਫਰੋਕ ਦੇਣ ਵਰ ਹੈ ਇਹ ਖਬਰ ਤੁਮ ਆਕਾਸ਼ਵਾਨੀ ਜੰਮੂ ਦੇ ਸੁਣ ਰਿਹਾ ਹੈ ਖਬਰਾਂ ਦਾ ਬਾਕੀ ਇਸ ਨਾਲ ਅਬਦੁਲ ওয়ਜੀਦ ਖਲਾਇ ਤਹਿਕੀਕ ਕੀ ਭਾਰਤੀ ਸੰਗਠਨ ਇਸਰੋ 12 ਦੋ ਸਤੰਬਰ 2023 ਨਾ 11:50 ਬਰ ਆਂਧਰਾ ਪ੍ਰਦੇਸ਼ ਕਾ ਖਲਾਈ ਸਟੇਸ਼ਨ ਸ੍ਰੀ ਹਰੀਕੋਟਾ ਤੇ ਆਪਣਾ ਸ਼ਮਸੀ ਮਿਸ਼ਨ ਅਦਿੱਤਿਆ ਐਲ 1 ਗੋਆ ਆਗਾਜ਼ ਕਰੇਗੀ ਇਸ ਸਿਆਚਨਾ ਸੂਰਜ ਜ਼ਮੀਨ ਗਾਰ ਨਿਜ਼ਾਮ ਗਾ ਐਲ 1 ਪੁਆਇੰਟ ਲਗ ਰੇਂਜ ਗਏ ਕਰੀਬ ਮਧਰਮਾ ਪੁਜਾਇਆ ਜਾਏਗਾ ਜਿਹੜਾ ਜ਼ਮੀਨ ਤੇ 15 ਲੱਖ ਕਿਲੋਮੀਟਰ ਗਾ ਫਾਸਲਾ ਬਰੇ ਲਗ ਰੇਂਜ ਪੁਆਇੰਟ ਬਰ ਪੁਜਣ ਨਾ ਇਸ ਨਾ ਤਕਰੀਬਨ 4 ਮਹੀਨਾ ਲਗੇਗਾ ਅਦਿੱਤਿਆ ਐਲ 1 ਮਿਸ਼ਨ ਕੇ ਜ਼ਰੀਏ ਸ਼ਮਸੀ ਹਵਾਵਾਂ ਤੇ ਸੂਰਜ ਕੀ ਫਿਜ਼ਾ ਗੋ ਲੋਕਿਓ ਜੇਗੋ ਅਦਿੱਤਿਆ ਐਲ ਇੱਕ ਮਿਸ਼ਨ ਮਾ ਸੱਤ ਪੇ ਲੋਡਸ ਵੇਂਗਾ ਜਿੰਨ ਕੇ ਜ਼ਰੀਏ ਨੂਰੀ ਕੁਰਾ ਜਾਨੀ ਫੋਟੋਸਫੀਅਰ ਤੇ ਸੂਰਜ ਕੀ ਸਾਬਤੇ ਭਾਰੀ ਪਰਤ ਜਿਸਨਾ ਕਰੋਨੋ ਕਿਓ ਜੇ ਗੋ ਸ਼ਾਇਦੋ ਕਿਓ ਜੇਗੋ खाजा अमूर बारे वजीर डॉक्टर एस जयशंकर ने चीन की तरफो जारी करदा दो हजार त्राई म्यारी नक्शा जिसमें भारत का इलाका पर अपनो दवो दस्य कहता खारिज की होए दूजा किसी मुल्क का इलाका पर अपनो दावो पेश करण नाल इलाको उनगो नहीं हो जातो एक निजी चैनल नाल इंटरव्यू में डॉक्टर जयशंकर ने कह जे ऐसा नक्शा जारी करना चीन की आदत है ते इसगो कोई मतलब नहीं है क्यों जे ये इलाका भारत गाय उन्होंने कहो जे भारत सरकार वाजा तौर पर जाने ਜੇ ਆਪਣਾ ਇਲਾਕਾ ਤੇ ਮੁਲਕ ਦਾ ਦਿਫਾ ਬਾਰੇ ਕੀ ਜ਼ਰੂਰੀ ਹੈ ਤੇ ਭਾਰਤ ਨੇ ਸਫਾਰਤੀ ਸਤਾਵਰ ਚੀਨ ਨਾਲ ਇਸ ਨਕਸ਼ਾ ਵਰ ਇਹਤਜਾਜ ਦਰਜ ਕਰਾਇਓਏ मिशन डायरेक्टर पोषण जम्मू कश्मीर रोबीना कौसल ने जिला किश्तवाड़ जारी आईसीडीएस पोषण प्रोजेक्ट्स को जायजा जिला प्रोग्राम अफसर मिशन पोषण किश्तवाड़ ऋषि कुमार शर्मा ने मीटिंग में जिला में जारी पोषण स्कीम की हसूलियाबिया बारे तफसील पेश की इस में तमाम अठ पोषण प्रोजेक्टों तें सुपरवाइजर्स से ते सीडीपीओ ने शिरकत की मिशन डायरेक्टर ने जिला में तमाम प्रोजेक्टा में पेशरफ्त को जायजा लियो प्रधानमंत्री मतुरु वंदना योजना पीएमएमवीवाई वी वाई पोषण ट्रैकर अजाफी खुराक प्रोग्राम एस एन e पी ईसी आंगनबाड़ी मरकजांगी जियो टैगिंग तनख्वाह मरकजा का किराया बख बुमर के तहत ख़र्च वगैरह शामिल था मिशन डायरेक्टर ने हर सी डी पी ओ ने हदायत दी जे वे अजाफी खुराक प्रोग्राम की एशिया खरीदन पर देख रेख से तमाम खरीदारी नाल जुड़ी सरगर्मियों को दुरुस्त रिकार्ड बनावे एशिया कप टूर्नामेंट दो हज़ार त्रेई अज पाकिस्तान से श्रीलंका मां चार जगह पर शुरू हो गए हो टूर्नामेंट को पहलो मुकाबलो पाकिस्तान ते नेपाल बश् पाकिस्तान का मुल्तान खेडो जा र्य है हिंदुस्तान पाकिस्तान गो मैच 2 सितंबर ना कैंडी मा वेगो आखिरी मैच 17 सितंबर ना कोलंबो मा खेडो जेगो इस टूर्नामेंट मा छ टीम हिस्सों ले रही है ते ये टीम दो ग्रुप मा तकसीम की गई है त्रै टीम एक ग्रुप मा है ते त्रै टीम दूजा ग्रुप मा पाकिस्तान हिंदुस्तान ते नेपाल ग्रुप ए में जदक श्रीलंका अफगानिस्तान ते बांग्लादेश ग्रुप बी मा है ਸਿੰਗਾਪੁਰ ਕੀ ਖੁਰਾਕ ਤਾਫੂਜ਼ ਜ਼ਰੂਰਤਾਂ ਨਾ ਪੂਰੋ ਕਰਨ ਖਾਤਰ ਭਾਰਤ ਨੇ ਚਾਵਲ ਮੁਲਕ ਤੇ ਬਾਹਰ ਭੇਜਣ ਗੋ ਫੈਸਲਾ ਕੀ ਹੋਏ ਸਿੰਗਾਪੁਰ ਮਾ ਚਾਵਲ ਕੀ ਬਰਾਮਤ ਵਰਜ ਰਾਈ ਅਬਲਾ ਗਾ ਨਵਾਇੰਦਾਂ ਕੀ ਤਰਫੋਂ ਸਵਾਲ ਦਾ ਜਵਾਬ ਮਾ ਖਾਜਾ ਅਮੂਰ ਬਾਰੇ ਵਜ਼ਾਰਤ ਦਾ ਤਰਜਮਾਨ ਅਰਿੰਦਮ ਬਾਗਚੀ ਨੇ ਦੱਸਿਓ ਚੀ ਇਸ ਬਾਰੇ ਬਾਕਾਇਦਾ ਹੁਕਮਨਾਮਾ ਤੋਲਾ ਜਾਰੀ ਕੀਓ ਜੇਗੋ ਤੇ ਭਾਰਤ ਨੇ ਸਿੰਗਾਪੁਰ ਵਿਚਕਾਰ ਬੜਾ ਮਜ਼ਬੂਤ ਤੇ ਕਰੀਬੀ ਤਾਲੁਕਾਤ ਹੈ ਤੇ ਇਸ ਖਸੂਸੀ ਤਾਲੁਕ ਗਏ ਪਿਛੇ ਨਜ਼ਰ ਭਾਰਤ ਨੇ ਸਿੰਗਾਪੁਰ ਨਾਲ ਚਾਵਲ ਬ੍ਰਮਦ ਕਰਨ ਕੋ ਫੈਸਲੋ ਕੀ ਹੋਏ ਅਖੀਰਮਾ ਖਾਸ ਖਬਰ ਕੇਂਦਰੀ ਸਰਕਾਰ ਨੇ ਐਲਪੀਜੀ ਕਰੇਲੂ ਗੈਸ ਸਲੈਂਡਰਾਂ ਕੀ ਕੀਮਤਾਂਵਾਂ 200 ਰੁਪਈਆ ਫੀ ਸਲੈਂਡਰ ਕਮੀ ਕੀ ਹੈ ਤੇ ਉਜਵਲਾ ਯੋਜਨਾ ਕੋ ਫਾਇਦਾ ਚਾਣ ਆੜਾ ਮਜਮੂਈ ਤੌਰ 'ਤੇ 400 ਰੁਪਈਆ ਫੀ ਸਲੈਂਡਰ ਰਾਏ ਦਿੱਤੀ ਜਾਏਗੀ ਮੁਰਖ ਬਰਮਾ ਬਖ ਬਖ ਜਗਾਂਵਰ ਰਕਸ਼ਾ ਬੰਧਨ ਕੋ ਤਿਵਾਰ ਮੜਾਇਆ ਜਾ ਰਿਹਾ ਹੈ ਜ਼ਿਲ੍ਹਾ ਡੋੜਾ ਦਾ ਬਦਰਵਾਤ ਨੇ ਰਾਜਮਾਤ ਜ਼ਿਲ੍ਹਾ ਰਾਮਬੰਦ ਤੇ ਸੁਲਾਈ ਚਹਿਦਨਾ ਜੀਆਈ ਯਾਨੀ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗਿੰਗ ਮਿਲੇ ਹੋਇਆ ਹੈ ਤੇ ਭਾਰਤੀ ਫਲਾਇ ਤਨਜ਼ੀਮ ਇਸਰੋ ਆਪਣਾ ਸ਼ਮਸੀ ਮਿਸ਼ਨ ਅਦਿੱਤਿਆ L11 ਕੋ 2 ਸਤੰਬਰ ਨਾਲ ਆਗਾਜ਼ ਕਰੇਗੀ ਇਸ ਖਿਦਰੀ ਗੁਜਰ ਖਬਰਾਂ ਗੁਜੂ ਬਲੇਟਨ ਮੁਕੂ ਕੀਓ